ਜੀ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਅਗਲਾ ਪ੍ਰੈਕਟੀਕਲ ਹੈ ਜੋ ਵਿਦਿਆਰਥੀ ਐਮਐਡ ਕਰ ਰਹੇ ਨੇ ਉਹਨਾਂ ਦੇ ਲਈ ਹੈ ਤੇ ਹੈ ਮੈਂਟਲ ਹੈਲਥ ਇਨਵੈਂਟਰੀ ਇਹਦੇ ਵਿੱਚ ਅਸੀਂ ਪੂਰੀ ਜਿਹੜੀ ਡਿਟੇਲ ਹੈ ਕਿ ਤੁਸੀਂ ਪ੍ਰੈਕਟੀਕਲ ਨੂੰ ਕਿਸ ਤਰੀਕੇ ਨਾਲ ਲਿਖਣਾ ਗੱਲ ਕਰਾਂਗੇ ਮੈਂਟਲ ਹੈਲਥ ਇਨਵੈਂਟਰੀ ਸਭ ਤੋਂ ਪਹਿਲਾਂ ਤੁਸੀਂ मीनिंग ਲਿਖਣਾ ਹੈ ਕਿ ਮੈਂਟਲ ਹੈਲਥ ਕੀ ਹੁੰਦੀ ਹੈ ਗੁੱਡ ਮੈਂਟਲ ਹੈਲਥ ਡਿਪੈਂਡਸ ਅਪਨ ਦਾ ਸਟੇਟ ਆਫ both body and mind a healthy person is not physically healthy but also mentally healthy mental health is a basic factor that contributes to the maintenance of physical health as well as social effectiveness ਹੁਣ ਇਹਦੀਆਂ ਕੁਝ ਜਿਹੜੀਆਂ ਡਿਫੀਨੇਸ਼ਨਸ ਨੂੰ ਕਰਾਂਗੇ ਮੈਂਟਲ ਹੈਲਥ ਇਸ ਦਾ ਫੁੱਲ ਐਂਡ ਹਾਰਮੋਨੀਅਸ ਫੰਕਸ਼ਨਿੰਗ ਆਫ ਦਾ ਹੋਲ ਪਰਸਨੈਲਿਟੀ this definition is given by Field. Next is Mosley's view. Mental health is the ability which helps us to seek adjustment in difficult situations of our life. Next we will introduction of mental health inventory. mental health inventory? The present mental health inventory MHI has been designed to measure mental health positive ਜਿਹੜੀ ਮੈਂਟਲ ਹੈਲਥ ਦੇ ਦੋ ਅਸਪੈਕਟਸ ਹੁੰਦੇ ਨੇ ਪੋਜੀਟਿਵ ਐਂਡ 네ਗੇਟਿਵ ਹੁਣ ਇਹਦੇ ਚ 6 ਜਿਹੜੇ ਡਾਈਮੈਂਸ਼ਨ ਨੇ ਜਿਹੜੀ ਤੁਸੀਂ ਪਲੇਨ ਪੇਜ ਦੇ ਉੱਪਰ ਲਿਖਣਾ ਹੈ ਉਹ ਦੇਖ ਰਹੇ ਹੋ 6 ਡਾਈਮੈਂਸ਼ਨਸ ਆਫ ਮੈਂਟਲ ਹੈਲਥ ਪਹਿਲਾ ਹੈ ਪੋਜੀਟਿਵ ਸੈਲਫ ਰਿਐਲਿਟੀ ਸੈਕਿੰਡ ਹੈ ਪਰਸੈਪਸ਼ਨ ਆਫ ਰਿਐਲਿਟੀ ਨੈਕਸਟ ਹੈ ਇੰਟੀਗ੍ਰੇਸ਼ਨ ਆਫ ਪਰਸਨੈਲਿਟੀ ਆਟੋਨਮੀ ਗਰੁੱਪ ਓਰੀਐਂਟਡ ਐਟੀਟਿਊਡਸ ਨੈਕਸਟ ਹੈ এনਵਾਇਰਨਮੈਂਟਲ ਮਾਸਟਰੀ ਤੇ ਹੁਣ ਉਹ ਵੀ ਜਿਹੜਾ ਤੁਹਾਡਾ ਪੇਜ ਉਹਨੂੰ ਅੱਗੇ ਓਦਾਂ ਹੀ ਆਪਾਂ ਨੂੰ ਕੰਟੀਨਿਊ ਕਰਨਾ ਹੈ ਆਫ ਨਾਰਮਲ ਇੰਡੀਵਿਜੂਅਲਸ ਟੂ ਦੀ देयर आर ਸਮ ਸਕੇਲਸ ਫਾਰ ਮੈਜ਼ਰਿੰਗ ਇੰਡੀਵਿਜੂਅਲਸ ਮੈਂਟਲ ਹੈਲਥ ਬਟ ਮੋਸਟ ਆਫ ਥੈਮ ਕੈਨ ਟੂ ਅਸੈਸ ਮੈਂਟਲ ਇਲ ਹੈਲਥ ਰੈਦਰ ਦੈਨ ਮੈਂਟਲ ਹੈਲਥ ਲੋਅਰ ਸਕੋਰਸ ਔਨ ਦਾ ਮੈਜ਼ਰ ਆਫ ਮੈਂਟਲ ਇਲ ਹੈਲਥ has been supposed to indicate high mental health whereas higher scores as the indicative poor mental thus only absence of mental ill health was considered as an indicator of positive symptoms seems to be indispensable for indispensable for integrated mental health Next there is the six dimensions of mental health. The following are the important dimensions of mental health. First, a positive self-evaluation (PSE). It includes self-confidence, self-acceptance, self-identity, feelings, worth, willingness, realization of one's potentialities, etc. Next, a perception of reality. pr it is related to perception free from need free from need distortion absence of again mental health jehdi inventory ho lagayi gayi hai jehdi tusi ne plain page de upar staple kar sakde ho paste kar de ho paste bhi kar sakde ho te is de liye jehdi instructions ne oh ditiyan hundiyan ne ਤੇ ਇਹਦੇ ਵਿੱਚ ਨਾਲ ਨਾਲ ਜਿਹੜਾ ਟੈਸਟ ਹੈ ਮੈਂਟਲ ਹੈਲਥ ਨੂੰ ਚੈੱਕ ਕਰਨ ਵਾਸਤੇ ਸਾਰਾ ਦਿੱਤਾ ਗਿਆ ਹੈ ਹੁਣ ਇਹਦੇ ਵਿੱਚ ਫਰਸਟ ਜਿਹੜਾ ਹੈ ਉਹ ਆਲਵੇਜ਼ ਦੇ ਵਿੱਚ ਆਉਂਦਾ ਹੈ ਮੀਨਸ ਬੱਚਾ ਜਿਹੜਾ ਕੋਈ ਵੀ ਜਿਹੜੇ ਵੀ ਤੁਸੀਂ ਵਿਅਕਤੀ ਦੇ ਉੱਪਰ ਇਹਨੂੰ ਅਪਲਾਈ ਕਰਨਾ ਹੈ ਉਹ ਆਪਣਾ ਚਾਰ ਜਿਹੜੀਆਂ ਆਪਸ਼ਨਸ ਨੇ ਉਹਨਾਂ ਦੇ ਉੱਪਰ ਕਿਸੇ ਇੱਕ ਦੇ ਉੱਪਰ ਟਿਕ ਕਰਦਾ ਹੈ ਜਿਹੜੀ ਫਰਸਟ ਹੈ ਉਹਦੇ ਵਿੱਚ ਆਲਵੇਜ਼ ਹੈ ਜਿਹੜੀ ਸੈਕਿੰਡ ਹੈ ਮੋਸਟ ਆਫ ਟਾਈਮਸ ਤੀਸਰੀ ਹੈ ਸਮਟਾਈਮਸ ਤੇ ਫੋਰਸਥ ਹੈ ਨੈਵਰ ਤੇ ਇਧਰ ਜਿਹੜੇ ਕੁਐਸਚਨਸ ਨੇ ਤੇ ਉਹਦੇ ਅਕੋਰਡਿੰਗ ਅਸੀਂ ਇਧਰ ਲੈਫਟ ਸਾਈਡ ਤੁਸੀਂ ਦੇਖ ਰਹੇ ਹੋ ਪੋਜੀਟਿਵ 네ਗੇਟਿਵ ਤੁਸੀਂ ਉਹਦੇ ਅਕੋਰਡਿੰਗ ਇਹਨੂੰ ਜਿਹੜਾ ਸਹੀ ਢੰਗ ਦੇ ਨਾਲ ਅਪਲਾਈ ਕਰਨਾ ਹੈ ਮੀਨਸ ਦੇਖਣਾ ਹੈ ਕਿ ਜਿਹੜੇ ਵਿਅਕਤੀ ਉਹ ਕਿਸ ਤਰ੍ਹਾਂ ਦੇ ਤੁਹਾਨੂੰ ਰਿਸਪਾਂਸ ਦੇ ਰਿਹਾ ਹੈ ਤੁਸੀਂ ਉਹਦੇ ਅਕੋਰਡਿੰਗ ਹੀ ਉਹਦਾ ਲਿਖਣਾ ਹੈ ਵੀ ਕਿਹੜੀ ਚੀਜ਼ ਉਹਦੇ ਵਿੱਚ ਪੋਜੀਟਿਵ ਹੈ ਤੇ ਕਿਹੜੀ 네ਗੇਟਿਵ ਹੈ ਹੁਣ ਇਹਦੇ ਵਿੱਚ ਦੇਖੋ 30 ਕੁਐਸ਼ਨਸ ਸੀ ਪਹਿਲੇ ਪੇਜ ਦੇ ਉੱਪਰ ਨਾਓ ਨੈਕਸਟ ਪੇਜ ਅਸੀਂ ਉਸੇ ਤਰੀਕੇ ਨਾਲ ਹੀ ਕੰਟੀਨਿਊ ਕਰ ਰਹੇ ਹਾਂ ਇਹ ਜਿਹੜੀ ਵਿਅਕਤੀ ਦੇ ਉੱਪਰ ਤੁਸੀਂ ਅਪਲਾਈ ਕਰੋਗੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਹੜੇ ਕੁਐਸ਼ਨ ਤੇ ਜਿਹੜੀ ਟਿੱਕਾ ਉਹ ਲਗਾਉਂਦਾ ਹੈ ਜੋ ਉਹਦੇ ਵਿੱਚ ਚਾਰ ਆਪਸ਼ਨਸ ਦਿੱਤੀਆਂ ਗਈਆਂ ਨੇ ਹੁਣ ਇਹਦੇ ਵਿੱਚ 56 ਕੁਐਸ਼ਨਸ ਸੀ ਲਾਸਟ ਤੁਸੀਂ ਦੇਖ ਰਹੇ ਹੋ 56 56 ਕੁਐਸ਼ਨ ਨੇ ਤੇ ਇਹਦੇ ਬੇਸ ਤੇ ਤੁਸੀਂ ਨੈਕਸਟ ਜਿਹੜਾ ਪਲੇਨ ਪੇਜ ਆ ਉਹਦੇ ਉੱਪਰ ਤੁਸੀਂ ਇਹਦਾ ਜਿਹੜਾ ਪੂਰਾ ਕਨਕਲੂਜਨ ਲਿਖੋਗੇ एगजेसिव फैंटेसी अ ब्रॉड आउटलुक ऑन द वर्ल्ड जी तीसरी है वह है इंटेग्रेशन ऑफ परसनैलिटी आई पी इट इंडिकेट्स द बैलेंस ऑफ बैलेंस ऑफ फिजिक्स फोर्स इन द इंडिविजुअल एंड इंक्ल्यूड एबिलिटी टू अंडरस्टैंड टू द शेयर अदर पीपल इमोशंस फोर्थ है अटोनमी इट इनक्ल्यूड्स स्टेबल सेट ऑफ internal standards for one's action dependence for own potentialities rather than dependence on their people. Next fifth has group-oriented attitudes. It is associated with the ability to get along with others, work with others, ability to find recreation. Sixth type environmental mastery. It is इट इनक्लूडस एफिशेंसी इन मीटिंग सिचुएशनज रिक्वायर्ड द एबिलिटी टू वर्क एंड प्ले द एबिलिटी टू टेक रिस्पॉन्सिबिलिटीज एंड कैपैसिटी फॉर एडजस्टमेंट हूँ टेबल वन जराने शोइंग रिलायबिलिटी कॉफिशेंट है डायमेंशनज ऑफ एम एच मीनस मैंटल हैल्थ इधर लिखा हुआ है रिलायबिलिटी इंडैक्स ਹੁਣ ਜਿਹੜੇ ਅਸੀਂ 6 ਟਾਈਪਸ ਦੀ ਗੱਲ ਕੀਤੀ ਹੈ ਉਹਦੇ ਵਿੱਚ ਉਹ ਅਸੀਂ ਦੇਖਣਾ ਹੈ ਕਿ ਜਿਹੜੇ ਵਿਅਕਤੀ ਦੇ ਉੱਪਰ ਤੁਸੀਂ ਇਹ ਜਿਹੜੀ ਇਨਵੈਂਟਰੀ ਮੈਂਟਲ ਹੈਲਥ ਨਾਲ ਰਿਲੇਟਡ ਅਪਲਾਈ ਕਰ ਰਹੇ ਹੋ ਉਹਦਾ ਸਕੋਰ ਕੀ ਰਿਹਾ ਹੈ ਪੋਜ਼ਿਟਿਵ ਸੈਲਫ ਇਵੈਲੂਏਸ਼ਨ ਨਾਲ ਕਿੰਨਾ ਸੀ ਤੇ ਪਰਸੈਪਸ਼ਨ ਆਫ ਰਿਐਲਿਟੀ ਨਾਲ ਕਿੰਨਾ ਰਿਹਾ ਇੰਟੀਗ੍ਰੇਸ਼ਨ ਆਫ ਪਰਸਨੈਲਿਟੀ ਦੇ ਕਿੰਨਾ ਉਹਦੇ ਵਿੱਚ ਉਹਨੇ ਸਕੋਰ ਕੀਤਾ ਹੈ ਆਟੋਨੋਮੀ ਦੇ ਵਿੱਚ ਕਿੰਨਾ ਹੈ ਗੁਰੂ ਪੋਰिएंटेड ਐਟੀਟਿਊਡਸ ਕਿੰਨਾ ਹੈ ਤੇ এনवायरमेंटਲ ਕੰਪੀਟੈਂਸ ਕਿੰਨਾ ਹੈ ਓਵਰਆਲ ਉਹਦਾ ਬਣ ਰਿਹਾ ਹੈ 146 ਨਾਵਨਸੀ ਗੱਲ ਕਰਾਂਗੇ ਡਿਵੈਲਪਮੈਂਟ ਆਫ ਮੈਂਟਲ ਹੈਲਥ ਇਨਵੈਂਟਰੀ ਇਹ ਕਿਸ ਤਰੀਕੇ ਨਾਲ ਮੀਨਜ਼ ਇਨਵੈਂਟ ਹੋਈ ਕਨਸਟਰਕਸ਼ਨ ਆਫ ਟੈਸਟ ਆਈਟਮਸ ਦਾ ਕੰਟੈਂਟਸ ਆਫ ਸਟੇਟਮੈਂਟਸ ਵਰ ਮੇਨਲੀ ਟੇਕਨ ਫਰੋਮ ਦਾ ਅਵੇਲੇਬਲ ਲਿਟਰੇਚਰ ਔਨ ਮੈਂਟਲ ਹੈਲਥ ਪਾਰਟਿਕੁਲਰਲੀ ਇਨਕਲੂਡਿੰਗ ਮੈਸਲੋਵ ਐਂਡ ਮਿੱਤਲਮਾਨ 1951 ਫਰੋਮ 1955 Uh, 1951 from 1955 hyuda 1958 and butch 1972 besides a few items from all existing tests pertaining to psychological well-being were also incorporated in the list of the statements on the basis of various sources more than 100 items were prepared and presented of experts by examining the examining the surability of each item for inclusion in the test. Only those items were re retained about which the judges were unanimous. On the basis of maximum agreement among the judges 72 statements were retained. ਨੈਕਸਟ ਅਸੀਂ ਗੱਲ ਕਰਾਂਗੇ ਰਿਲਾਈਅਬਿਲਟੀ ਆਫ ਦਾ ਇਨਵੈਂਟਰੀ ਕਿ ਜਿਹੜੀ ਇਹ ਇਨਵੈਂਟਰੀ ਹੈ ਕਿੰਨੀ ਕੁ ਰਿਲਾਈਅਬਲ ਹੈ ਦਾ ਰਿਲਾਈਅਬਿਲਟੀ ਆਫ ਦਾ ਇਨਵੈਂਟਰੀ ਵਾਸ ਡਿਟਰਮਾਈਂਡ ਬਾਈ ਸਪਲਿਟ ਹਾਫ ਮੈਥਡ ਯੂジング ਆਡ ਈਵਨ ਪ੍ਰੋਸੀਜਰ ਦਾ ਟੇਬਲ 1 ਗਿਵਸ ਦਾ ਰਿਲਾਈਅਬਿਲਟੀ ਕੋਐਫੀਸ਼ੀਐਂਟਸ ਆਫ ਡਿਫਰੈਂਟ ਡਾਈਮੈਂਸ਼ਨਸ ਆਫ ਮੈਂਟਲ ਹੈਲਥ ਐਂਡ ਓਵਰਆਲ ਹੁਣ ਇਹਦੇ ਜਿਹੜੇ ਨਾਰਮਸ ਨੇ ਤੁਸੀਂ ਉਹ ਦੇਖ ਰਹੇ ਹੋ ਨਾਰਮਸ ਫਾਰ ਮੈਂਟਲ ਹੈਲਥ ਆਫ ਫੀਮੇਲ ਸਟੂਡੈਂਟਸ ਆਫ ਮੈਂਟਲ ਹੈਲਥ ਇਧਰ ਤੁਸੀਂ ਲੈਫਟ ਸਾਈਡ 'ਤੇ ਲਿਖਣਾ ਹੈ ਡਾਈਮੈਂਸ਼ਨਸ ਜਿਹੜੀਆਂ ਮੈਂਟਲ ਹੈਲਥ categories ਦੇ ਵਿੱਚ ਆਉਂਦੀਆਂ ਨੇ ਫਿਰ ਵੈਰੀ ਗੁੱਡ ਗੁੱਡ ਐਵਰੇਜ ਪੂਰ ਵੈਰੀ ਪੂਰ ਤੇ ਤੁਸੀਂ ਉਹਦੇ ਅਕੋਰਡਿੰਗ ਇਹਦੇ ਵਿੱਚ ਚੈੱਕ ਕਰਨਾ ਕਿ ਪੀਐਸਸੀ ਕਿੰਨੇ ਹੈ ਪੀਆਰ ਕਿੰਨੇ ਹੈ ਉਹਦੇ ਉੱਪਰ ਤੁਸੀਂ ਇਧਰ ਜਿਹੜਾ ਜਿਵੇਂ ਸਰਕਲ ਲੱਗਿਆ ਹੋਇਆ ਹੈ ਜਾਂ ਸਕੁਅਰ ਲਗਾਉਣਾ ਤੁਸੀਂ ਉਹ ਲਗਾ ਸਕਦੇ ਹੋ ਤੁਸੀਂ ਇਹਨੂੰ ਹਾਈਲਾਈਟ ਵੀ ਕਰ ਸਕਦੇ ਹੋ ਪੀਆਰ ਕਿੰਨੇ ਹੈ ਆਈਪੀ ਕਿੰਨੇ ਹੈ ਏਟੀਵਾਈ ਕਿੰਨੇ ਹੈ ਜੀਓਏ ਕਿੰਨੇ ਹੈ ਤੇ ਈਐਮ ਕਿੰਨੇ ਹੈ ਉਸ ਸਟੈਂਡ ਤੇ ਤੁਸੀਂ ਜਿਹੜਾ ਓਵਰਆਲ ਆਉ ਤੁਸੀਂ ਕੱਢਣਾ ਹੈ ਹੁਣ ਹੈ ਵੈਲਿਡਿਟੀ ਆਫ ਦਾ ਇਨਵੈਂਟਰੀ ਕਨਸਟਰਕਟ ਵੈਲਿਡਿਟੀ ਆਫ ਦਾ ਇਨਵੈਂਟਰੀ ਇਸ ਡਿਟਰਮਾਈਂਡ ਬਾਈ ਫਾਈਂਡਿੰਗ ਕੋਫੀਸ਼ੀਐਂਟ ਐਂਡ ਕੋਰਿਲੇਸ਼ਨ ਬੀਟਵੀਨ ਸਕੋਰਸ ਔਨ ਮੈਂਟਲ ਹੈਲਥ ਇਨਵੈਂਟਰੀ ਐਂਡ ਜਨਰਲ ਹੈਲਥ ਕੁਐਸਨਰ ਗੋਲਡ ਬੀਇੰਗ 1978 ਇਟ ਵਾਸ ਫਾਊਂਡ ਟੂ ਬੀ ਪੁਆਇੰਟ 54 ਇਟ ਇਸ नोट वर्थी हियर दैट हाई स्कोर ऑफ द जनरल हेल्थ क्वेश्चनियर इंडिकेट्स पुअर मेंटल हेल्थ ਹੁਣ ਜੇਕਰ ਕਿਸਦਾ ਸਕੋਰ ਜ਼ਿਆਦਾ ਹੁੰਦਾ ਤਾਂ ਇਟ ਮੀਨਸ ਉਹ ਵਿਅਕਤੀ ਦੀ ਜਿਹੜੀ ਮੈਂਟਲ ਹੈਲਥ ਆ ਪੂਅਰ ਹੈ ਬਿਸਾਈਡਸ ਦਾ ਇਨਵੈਂਟਰੀ ਵਾਸ ਵੈਲਿਡਿਟੀ ਅਗੇਂਸਟ ਪਰਸਨਲ ਅਡਜਸਟਮੈਂਟ ਸਕੀਲ ਡਿਵੈਲਪਡ ਬਾਈ ਪੈਸਟੋਨਜ਼ੀ 1973 ਦ ਟੂ ਇਨਵੈਂਟਰੀ ਸਕੋਰਸ ਗਿਵ ਪੋਜ਼ਿਟਿਵ ਕੋਰਿਲੇਸ਼ਨ ਆਫ 57 Uh, revealing moderate validity next norms the norms have been prepared on the basis of mental health inventory scores obtained from six hundred college students include uh, three hundred boys and girls. The norms have been prepared on the on the particularity or college students. six hundred college students includes three hundred. Males and 300 females served as subjects for the purposes. The subjects have been classified into five categories on the basis of three raw scores on the inventory, dividing the baseline of the normal curve into five equal units. ਤੁਸੀਂ ਜਿਹੜਾ ਅਪਲਾਈ ਕਰ ਰਹੇ ਹੋ ਤੁਸੀਂ ਆਪਣਾ ਬਾਇਓ ਡਾਟਾ ਆਫ ਦਾ ਸਟੂਡੈਂਟ ਤੇ ਤੁਸੀਂ ਆਪਣੇ ਬਾਰੇ ਇੱਥੇ ਲਿਖਣਾ ਹੈ ਫਿਰ ਨੈਕਸਟ ਜਿਹੜਾ ਤੁਹਾਡਾ ਰਿਜ਼ਲਟ ਹੈ ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਉਹ ਲਿਖਣੀ ਹੈ ਇਨ ਥਿਸ ਟੈਸਟ ਐਮ ਐਚ ਆਈ ਜਿਹੜੀ ਮੈਂਟਲ ਹੈਲਥ ਇਨਵੈਂਟਰੀ ਹੈ ਦਾ ਸਬਜੈਕਟ ਸਿਮੀ ਰਾਣੀ ਪੀ ਐਸ ਸੀ ਸਕੋਰ ਇਜ਼ 27 ਵਿਚ ਪੂਰ ਮੈਂਟਲ ਹੈਲਥ ਆਫ ਦਾ ਸਬਜੈਕਟ ਪੀ ਆਰ ਸਕੋਰ ਇਜ਼ 25 ਵਿਚ ਐਵਰੇਜ ਮੈਂਟਲ ਹੈਲਥ ਆਈ ਪੀ ਸਕੋਰ ਇਜ਼ 28 ਇਹ ਤੁਸੀਂ ਪੂਰਾ ਜਿਹੜਾ ਸਕੋਰ ਹੈ ਜੋ ਬੱਚੇ ਨੇ ਅਗੇਨ ਕੀਤਾ ਉਹਨੂੰ ਤੁਸੀਂ ਨੇ ਇੱਥੇ ਲਿਖਣਾ ਹੈ ਤੇ ਬੱਚੇ ਦੀ ਜਿਹੜੀ ਤੁਸੀਂ ਮੈਂਟਲ ਹੈਲਥ ਆ ਉਹ ਇੱਥੇ ਤੁਸੀਂ ਨੇ ਪੂਰੀ ਡਿਟੇਲ ਦੇ ਵਿੱਚ ਲਿਖ ਦੇਣੀ ਹੈ ਡੀਅਰ ਸਟੂਡੈਂਟਸ ਇਸ ਪ੍ਰੈਕਟੀਕਲ ਦੇ ਵਿੱਚ ਸਿਰਫ ਇੰਨਾ ਹੀ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਿਹੜਾ 3rd ਪ੍ਰੈਕਟੀਕਲ ਉਹ ਕਰਾਂਗੇ ਥੈਂਕਸ ਫਾਰ